ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਲਾਲਚੀ ਤੇ ਗਦਾਰ ਕਿਸਾਨਾਂ ਬਾਰੇ ਜਿਹੜੇ ਕਿ ਆਪਣੀ ਜਿਹੜੀਆਂ ਮੰਡੀਆਂ ਆ ਉਹਨਾਂ ਨੂੰ ਛੱਡ ਕੇ ਜਿਹੜੇ ਅਡਾਨੀ ਦੇ ਜਿਹੜੇ ਸੈਲਰ ਆ ਉਹਨਾਂ ਦੇ ਵਿੱਚ ਆਪਣੀ ਕਣਕ ਵੇਚਣ ਜਾ ਰਹੇ ਆ ਨਾ ਤੇ ਉਹ ਕਿਹੜੇ ਲਾਲਚ ਨੂੰ ਜਾ ਰਹੇ ਆ ਤੇ ਉਸ ਮੁੱਦੇ ਤੇ ਗੱਲ ਕਰਾਂਗੇ ਤੇ ਗੱਲ ਕਰਾਂਗੇ ਕਿ ਉਹ ਲਾਲਚੀ ਕਿਸਾਨ ਤੇ ਗਦਾਰ ਕਿਸਾਨ ਦੋਗਲੇ ਤੇ ਪਤਾ ਨਹੀਂ ਹੋਰ ਕੀ ਕੀ ਮਤਲਬ ਸਾਨੂੰ ਸੁਣਨ ਨੂੰ ਮਿਲ ਰਿਹਾ ਉਹਨਾਂ ਬੰਦਿਆਂ ਬਾਰੇ ਹਨਾ ਤੇ ਕਿ ਇਹ ਜਿਹੜੇ ਆਪਣੇ ਸ਼ਹਾਦਤਾਂ ਨੂੰ ਭੁੱਲ ਗਏ ਆ ਜਿਹੜੀਆਂ ਕਿਸਾਨਾਂ ਨੇ ਸ਼ਹਾਦਤਾਂ ਕੀਤੀਆਂ ਹਨ ਤੇ ਕਿੰਨੇ ਖੱਜਲ ਹੋਏ 1 ਸਾਲ ਉੱਥੇ ਪਏ ਰਹੇ ਹਨ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਕਿੰਨੇ ਤੰਗ ਰਹੇ ਤੇ ਉਹ ਸਾਰਾ ਕੁਝ ਭੁੱਲ ਕੇ ਫਿਰ ਤੋਂ ਹੁਣ ਜਿਹੜੇ ਕਿਸਾਨ ਆ ਆਪਣੀਆਂ ਫਸਲਾਂ ਲੈ ਕੇ ਸਰਕਾਰੀ ਮੰਡੀਆਂ ਨੂੰ ਛੱਡ ਕੇ ਤੇ ਜਿਹੜੇ ਅਡਾਨੀ ਦੇ ਸੈਲਰ ਆ ਉੱਥੇ ਉਹ ਜਾ ਰਹੇ ਆ ਤੇ ਉਹ ਕਿਹੜੇ ਲਾਲਚ ਨੂੰ ਜਾ ਰਹੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਚੀਜ਼ ਬਾਰੇ ਸਭ ਤੋਂ ਪਹਿਲਾਂ ਜਦੋਂ ਮੈਂ ਇਹ ਗੱਲ ਸੁਣੀ ਆ ਇਹ ਸੁਣੀ ਆ ਮੈਂ ਫੇਸਬੁੱਕ ਤੇ ਤੇ ਉਹਦੇ ਤੇ ਕਿਸਾਨਾਂ ਨੂੰ ਭਰ-ਭਰ ਕੇ ਗਾਲਾਂ ਕੱਢੀਆਂ ਸੀਗੀਆਂ ਦੋਗਲੇ ਕਿਸਾਨ ਇਹਨਾਂ ਦੀ ਜਮੀਰ ਮਰ ਗਈ ਆ ਹਨ ਤੇ ਫਿਰ ਮੈਂ ਦੇਖਿਆ ਕਿ ਮੁੱਦਾ ਕੀ ਆ ਕਿ ਉਹ ਜਿਹੜੇ ਕਿਸਾਨ ਆਪਣੀ ਜਿਹੜੀ ਫਸਲ ਆ ਉਹ ਅਡਾਨੀਆਂ ਦੇ ਜਿਹੜੇ ਸੈਲਰ ਆ ਉਹਨਾਂ ਦੇ ਮਤਲਬ ਵੇਚਣ ਜਾ ਰਹੇ ਆ ਹਨ ਤੇ ਫਿਰ ਮੈਂ ਹੋਰ ਵੀ ਆਪਣੀ ਪੋਸਟਾਂ ਦੇਖੀਆਂ Facebook ਵਾਲ ਤੇ ਤੇ ਉੱਥੇ ਵੀ ਸਾਰਿਆਂ ਨੇ ਮਤਲਬ ਕਿਸਾਨਾਂ ਨੂੰ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਸੀਗੀਆਂ ਤੇ ਉਹ ਕਿਸਾਨ ਜਾ ਰਹੇ ਆ ਬਾਅਦ ਵਿੱਚ ਮੈਂ YouTube ਤੇ ਵੀਡੀਓ ਵੀ ਦੇਖੀਆਂ ਉਹ ਕਿਸਾਨ ਜਾ ਰਹੇ ਆ ਲੈਣਾ ਲਗੀਆਂ ਟਰਾਲੀਆਂ ਮਤਲਬ ਖੜੀਆਂ ਆ ਹਨ ਉਹਨਾਂ ਦੇ ਸੈਲਰਾਂ ਦੇ ਪਾਰ ਤੇ ਉਹ ਕਿਸਾਨ ਜਿਹੜੇ ਸਾਲ ਭਰ ਅੰਦੋਲਨ ਦੇ ਵਿੱਚ ਰਹੇ ਹਨ ਕੁਛਕਦਾ ਇਲਜ਼ਾਮ ਲਾ ਰਹੇ ਆ ਕਿ ਇਹ ਉਹ ਕਿਸਾਨ ਆ ਕਿ ਜਿਹੜੇ ਅੰਦੋਲਨ ਦੇ ਵਿੱਚ ਗਏ ਨਹੀਂ ਹੈਗੇ ਹਨ ਬਟ ਇੰਨੇ ਕਿਸਾਨ ਉੱਥੇ ਜਾ ਰਿਹਾ ਕਿ ਪੋਸੀਬਲ ਨਹੀਂ ਹੈ ਕਿ ਉਹਨਾਂ ਦੇ ਵਿੱਚੋਂ ਕਿਸਾਨ ਜਿਹੜੇ ਅੰਦੋਲਨ ਦੇ ਵਿੱਚ ਨਾ ਪਹੁੰਚੇ ਹੋਣ ਜੇ ਤਾਂ ਹੁੰਦੇ 10 15 20 100 150 ਜਾਂ 200 ਕਿਸਾਨ ਵੀ ਹੁੰਦੇ ਫਿਰ ਅਸੀਂ ਮੰਨ ਲੈਂਦੇ ਵੀ ਇਹ ਉਹ ਕਿਸਾਨ ਆ ਜਿਹੜੇ ਅੰਦੋਲਨ ਦੇ ਵਿੱਚ ਗਏ ਨਹੀਂ ਹਨ ਬਟ ਉੱਥੇ ਅਲੱਗ-ਅਲੱਗ ਸੈਲਰਾਂ ਤੇ ਲੇਨਾਂ ਲਗੀਆਂ ਕਾਫੀ ਮਤਲਬ ਬੰਦੇ ਜਿਹੜੇ ਆ ਆਪਣੀ ਕਾਨਕ ਜਿਹੜੀ ਆ ਉੱਥੇ ਸੈਲਰਾਂ ਦੇ ਵਿੱਚ ਸਿੱਟਣ ਜਾ ਰਹੇ ਆ ਹਨ ਤੇ ਮੀਡੀਆ ਦੇ ਵਿੱਚ ਭਰ ਭਰ ਕੇ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਉਹਨਾਂ ਨੂੰ ਮਤਲਬ ਜਲੀਲ ਕੀਤਾ ਜਾ ਰਿਹਾ ਆ ਰਿਪੋਰਟਰਾਂ ਦੁਆਰਾ ਵੀ ਜਿਹੜੇ ਉਹਨਾਂ ਦੀ ਇੰਟਰਵਿਊ ਕਰਦੇ ਆ ਹਨ ਤੇ ਉਹਨਾਂ ਇੰਟਰਵਿਊ ਦੇ ਵਿੱਚ ਹੀ ਮੈਂ ਦੇਖਿਆ ਕਿ ਉਹ ਕਿਸਾਨ ਜਾਕਾਤੇ ਰਹੇ ਆ ਹਨ ਪਹਿਲੀ ਗੱਲ ਤਾਂ ਕਿਸਾਨਾਂ ਦੀ ਕੀ ਮਜਬੂਰੀ ਆ ਕਿਸੇ ਨੇ ਵੀ ਮਤਲਬ ਸਪੈਸ਼ਲੀ ਜਿਹੜੇ ਫੇਸਬੁੱਕ ਦੇ ਬੈਠੇ ਹੋ ਆ ਨਾ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਏਸੀਆਂ ਦੇ ਵਿੱਚ ਬੈਠੇ ਹੋ ਆ ਨਾ ਤੇ ਉਹ ਕਮੈਂਟ ਕਰ ਰਹੇ ਆ ਬੈਠ ਕੇ ਲਾਲਚੀ ਕਿਸਾਨ ਦੋਗਲੇ ਕਿਸਾਨ ਜਮੀਰ ਮਰੀ ਵਾਲੇ ਕਿਸਾਨ ਹਨਾ ਭਵੇਂ ਅੱਜ ਤੱਕ ਕਦੀ ਨੱਕਾ ਵੀ ਨਾ ਮੋੜਿਆ ਹੋਵੇ ਕਿਸੇ ਨੇ ਹਨਾ ਸੈਂਸ ਆ ਕਿਸੇ ਵੀ ਮੁੱਦੇ ਤੇ ਗੱਲ ਕਰਨ ਦੀ ਜਾਂ ਕਿਸੇ ਵੀ ਮੁੱਦੇ ਨੂੰ ਸਮਝਣ ਦੀ ਉਹ ਹਰੇਕ ਬੰਦੇ ਦੇ ਵਿੱਚ ਹੁੰਦੀ ਆ ਬਟ ਕਈ ਵਾਰੀ ਬੰਦਾ ਉਹ ਸੈਂਸ ਨੂੰ ਵਰਤਦਾ ਨਹੀਂ ਹੈਗਾ ਨਾ ਸਿਰਫ ਇਹ ਦੋ ਸ਼ਬਦ ਸੁਣ ਕੇ ਜਾਂ ਪੜ ਕੇ ਜਾਂ ਕਿਤੇ ਵੀ ਹਨਾ ਕਿ ਲਾਲਜੀ ਕਿਸਾਨ ਅਡਾਨੀਆਂ ਦੇ ਮਤਲਬ ਦਰਵਾਜ਼ਿਆਂ ਦੇ ਵਿੱਚ ਪਹੁੰਚ ਗਏ ਆ ਆਪਣੀ ਕਣਕ ਵੇਚਣ ਦੇ ਲਈ ਬਸ ਫਿਰ ਕੀ ਸੀ ਸਾਰਿਆਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਹਨ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕਿਉਂ ਗਏ ਆ ਮੀਨ ਰੀਜ਼ਨ ਕੀ ਆ ਕਿਹੜਾ ਮੰਡੀਆਂ ਦਾ ਸਿਸਟਮ ਫੇਲੀਅਰ ਹੋਇਆ ਜਾਂ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਆ ਕਿ ਉਹ ਮਜਬੂਰੀ ਦੇ ਕਾਰਨ ਉੱਥੇ ਪਹੁੰਚੇ ਹਨ ਤੇ ਫਿਰ ਮੈਂ ਵੀਡੀਓ ਦੇਖਦਾ ਸੀਗਾ ਇੱਕ ਬੰਦੇ ਨੇ ਕਿਹਾ ਕਿ ਮੈਂ ਮੰਡੀ ਦੇ ਵਿੱਚ ਗਿਆ ਸੀਗਾ ਕਣਕ ਲੈ ਕੇ ਤੇ ਉੱਥੋਂ ਪਰਚੀ ਕਟਾ ਕੇ ਆੜਤੀਏ ਨੇ ਮੇਰੀ ਪਰਚੀ ਕੱਟੀ ਆ ਤੇ ਉਹਨੇ ਮੈਨੂੰ ਇੱਥੇ ਭੇਜਿਆ ਤੇ ਹੁਣ ਇੱਥੇ ਕੀ ਦੀ ਗਲਤੀ ਹੈ ਪਹਿਲੀ ਗੱਲ ਤਾਂ ਕਿਸਾਨ ਦੀ ਗਲਤੀ ਹੈ ਕਿ ਆੜਤੀਏ ਦੀ ਗਲਤੀ ਹੈ ਜਾਂ ਜਿਹੜਾ ਮੰਡੀ ਵਿਭਾਗ ਦਾ ਕੋਈ ਵੀ ਹੁੰਦਾ ਜਿਹੜਾ ਇਹਨਾਂ ਮੰਡੀਆਂ ਨੂੰ ਜਾਂ ਆੜਤੀਆਂ ਨੂੰ ਮਤਲਬ ਮੈਨੇਜ ਕਰਦਾ ਜਾਂ ਕੰਟਰੋਲ ਕਰਦਾ ਜਾਂ ਉਹ ਬੰਦੇ ਦੀ ਗਲਤੀ ਹੈ ਨਾ ਤੇ ਉਹ ਉਸ ਬੰਦੇ ਨੇ ਸਾਫ਼-ਸਾਫ਼ ਕਿਹਾ ਕਿ ਮੈਂ ਮੰਡੀ ਦੇ ਵਿੱਚ ਗਿਆ ਸੀਗਾ ਤੇ ਮੰਡੀ ਦੇ ਵਿੱਚੋਂ ਹੀ ਮੈਂ ਪਰਚੀ ਕਟਾਈ ਆ ਤੇ ਕਣਕ ਭਾਵੇਂ ਮੈਂ ਇੱਥੇ ਸਿੱਟ ਕੇ ਚੱਲਾ ਬੜੇ ਜਿਹੜੇ ਮੈਂ ਪੈਸੇ ਆ ਉਹ ਮੈਂ ਆਰਤੀਏ ਤੋਂ ਲੈਣੇ ਆ ਹਨਾ ਤੇ ਇੱਕ ਗੱਲ ਤਾਂ ਹੋ ਗਈ ਇਹ ਉਹਦੇ ਨਾਲ ਇੱਕ ਹੋਰ ਬੰਦਾ ਖੜਾ ਸੀ ਉਹ ਵੀ ਕਿਸਾਨ ਸੀਗਾ ਹਨਾ ਤੇ ਉਹ ਵਿਰੋਧ ਸੀਗੇ ਵੀ ਤੁਸੀਂ ਕਾਹਦੇ ਇੱਥੇ ਸਾਰੇ ਜਣੇ ਆ ਰਹੇ ਆ ਹਨਾ ਤੇ ਰਿਪੋਰਟਰ ਉਹਨੂੰ ਪੁੱਛ ਰਿਹਾ ਸੀਗਾ ਤਾਂ ਉਹ ਬੰਦੇ ਨੇ ਕਿਹਾ ਕਿ ਮੇਰੇ ਕੋਲ ਹੈਗੇ ਆ 15 ਕਿੱਲੇ ਤੇ ਜਿਹੜਾ ਬੰਦਾ ਕਣਕ ਸਿੱਟਣਾ ਸੀ ਉਹਦੇ ਕੋਲ ਸੀਗਾ 1 ਕਿੱਲਾ ਹਨਾ ਤੇ ਉਹ ਬੰਦੇ ਨੇ ਕਿਹਾ ਕਿ ਫਿਰ ਇਹ ਛੋਟੇ ਕਿਸਾਨ ਦੀ ਗਲਤੀ ਆ ਕਿ ਜਿਹੜੇ ਆੜਤੀਏ ਨੇ ਇਹਨੂੰ ਭੇਜਿਆ ਇਹ ਹੋਰ ਆੜਤੀਏ ਕੋਲ ਕਿਉਂ ਨਹੀਂ ਗਿਆ ਨਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਰਿਆਂ ਨੇ ਮੰਡੀਆਂ ਦੀ ਤੇ ਆੜਤੀਆਂ ਦੀ ਮੰਗ ਤਾਂ ਕੀਤੀ ਸੀ ਕਿ ਲੋੜ ਪੈਂਦੇ ਸੀ ਇਹਨਾਂ ਤੋਂ ਪੈਸੇ ਲਈਦੇ ਆ ਜਿਹੜੇ ਗਰੀਬ ਕਿਸਾਨ ਆ ਮਤਲਬ ਕ੍ਰੈਡਿਟ ਲਈਦਾ ਹਨਾ ਕਰਜ਼ਾ ਲਈਦਾ ਆ ਤੇ ਮੌਕੇ ਤੇ ਕਿਤੇ ਵੀ ਲੋੜ ਪੈ ਸਕਦੀ ਆ ਨਾ ਕਈ ਵਾਰ ਦੋ ਦੋ ਸੀਜ਼ਨਾਂ ਦੇ ਵੀ ਪੈਸੇ ਕਿਸਾਨ ਚੱਕ ਲੈਂਦੇ ਆ ਹਨਾ ਪਹਿਲੇ ਹੀ ਤੇ ਜਦੋਂ ਉਹ ਛੋਟਾ ਕਿਸਾਨ ਫਸਿਆ ਹੁੰਦਾ ਤੇ ਜਦੋਂ ਆਰਤੀਆ ਜੋ ਵੀ ਕਹਿੰਦਾ ਜਿੱਥੇ ਵੀ ਛੱਟਣ ਜਾਣ ਨੂੰ ਕਹਿੰਦਾ ਕਿਉਂਕਿ ਕਿਸਾਨ ਨੂੰ ਤਾਂ ਫਿਰ ਜਿਹੜਾ ਮਤਲਬ ਹੈ ਉਹਦੇ ਪੈਸੇ ਦੇ ਨਾਲ ਆ ਹਨਾ ਤੇ ਆਰਤੀਆ ਨੇ ਪੈਸੇ ਦੇਣੇ ਆ ਤੇ ਉਹਨੇ ਜਿੱਥੇ ਮਰਜੀ ਸਟਾਈ ਆ ਉਹਨੂੰ ਕੋਈ ਮਤਲਬ ਨਹੀਂ ਹੈ ਕਿਸਾਨ ਨੂੰ ਹਨਾ ਤੇ ਉੱਥੇ ਜਿਹੜਾ ਪੱਦਰਾ ਕਿੱਲੇ ਆਣਾ ਸੀਗਾ ਉਹ ਪੱਦਰਾ ਕਹਿੰਦਾ ਕਿ ਇਹ ਹੁਣ ਇਹਨਾਂ ਦੀ ਗਲਤੀ ਆ ਕਿ ਇਹਨਾਂ ਨੇ ਪਹਿਲਾਂ ਪੈਸੇ ਫੜਿਓ ਹੁੰਦੇ ਆ ਛੋਟੇ ਕਿਸਾਨਾਂ ਨੇ ਤੇ ਬਾਅਦ ਵਿੱਚ ਇਹ ਫੇਰ ਕੁਰਸ਼ ਕਰ ਨਹੀਂ ਸਕਦੇ ਹੈਗੇ ਤੇ ਸਾਡੀ ਮਰਜ਼ੀ ਆ ਅਸੀਂ 15 ਕਿੱਲੇ ਵਾਲੇ ਜਿਹੜੇ ਕਿਸਾਨ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਸੱਟ ਸਕਦੇ ਆ ਹਨ ਤੇ ਇਹ ਚੀਜ਼ ਦੇ ਵਿੱਚ ਅਸੀਂ ਇਹਨਾਂ ਛੋਟੇ ਕਿਸਾਨਾਂ ਦੀ ਮਦਦ ਨਹੀਂ ਕਰ ਸਕਦੇ ਮਤਲਬ ਉਹ ਇਹ ਚੀਜ਼ ਦੇ ਵਿੱਚੋਂ ਨਿਕਲ ਗਿਆ ਕਿ ਆਪਾਂ ਨਹੀਂ ਮਨਜ਼ਰ ਕਰ ਸਕਦੇ ਚਲੋ ਮੰਨ ਲਿਆ ਕਿ ਨਹੀਂ ਮਨਜ਼ਰ ਕਰ ਸਕਦੇ ਤੇ ਜੇ ਮਦਦ ਨਹੀਂ ਕਰ ਸਕਦੇ ਤੇ ਫਿਰ ਉਹ ਜੋ ਕਰ ਰਹੇ ਆ ਸਾਡੇ ਕੋਲ ਉਹ ਵੀ ਹੱਕ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੁਝ ਕਹੀਏ ਕਿ ਐਦਾਂ ਕਰੋ ਜਾਂ ਉਦਾਂ ਕਰੋ ਠੀਕ ਆ ਸਿੱਧੀ ਜੀ ਗੱਲ ਤੇ ਉਹਤੋਂ ਬਾਅਦ ਦੂਜੇ ਕਿਸਾਨਾਂ ਤੋਂ ਪੁੱਛਿਆ ਗਿਆ ਹਰਿਆਣੇ ਦੇ ਵਿੱਚ ਵੀ ਸੀਗੇ ਕਿਉਂਕਿ ਇਹ ਕੰਮ ਗੱਲਾਂ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ ਇਹ ਆਪਣੇ ਉੱਥੇ ਹਰਿਆਣੇ ਦੇ ਵਿੱਚ ਵੀ ਹੋ ਰਿਹਾ ਨਾ ਤੇ ਜਿਹੜੇ ਹਰਿਆਣੇ ਦੇ ਕਿਸਾਨ ਸੀਗੇ ਉਹਨਾਂ ਨੇ ਕਿਹਾ ਕਿ ਵੰਡੀਆਂ ਬੰਦ ਆ ਤੇ ਸਰਕਾਰੀ ਵਿਭਾਗ ਦੇ ਜਿਹੜੇ ਬੰਦੇ ਉਹਨਾਂ ਨੇ ਕਿਹਾ ਕਿ ਸਿੱਧਾ ਡਾਂਡੀਆਂ ਦੇ ਲੈ ਕੇ ਜਾਓ ਹਨਾ ਤੇ ਕਿ ਯੋਨੇ ਕਿਹਾ ਕਿ ਮੰਡੀਆਂ ਨੂੰ ਜਿਹੜਾ ਆ ਉਹ ਜਿੱਦਾਂ ਲੱਗਾ ਆ ਪਰ ਚਲੋ ਮੰਡੀਆਂ ਤਾਂ ਖੁੱਲੀਆਂ ਹੀ ਹੁੰਦੀਆਂ ਹਣ ਜਿੱਦਾਂ ਕਿੱਦਾਂ ਲੱਗਾ ਆ ਜਬ ਮਤਲਬ ਬੰਦ ਪਈਆਂ ਕਹਿਣ ਦਾ ਮਤਲਬ ਇਹ ਹੈ ਨਾ ਕਿ ਮੰਡੀਆਂ ਬੰਦ ਪਈਆਂ ਤੇ ਇੱਕ ਦੂਜੀ ਵੀਡੀਓ ਦੇ ਵਿੱਚ ਮੈਂ ਦੇਖਿਆ ਉਹਦੇ ਵਿੱਚ ਕਿਸਾਨ ਕਹਿੰਦਾ ਕਿ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਹੈਗਾ ਨਾ ਤੇ ਉਹ ਤੋਂ ਇਲਾਵਾ ਇੱਕ ਹੋਰ ਵੀਡੀਓ ਦੇਖੀ ਤੇ ਉਹਦੇ ਵਿੱਚ ਕਿਸਾਨ ਨੇ ਦੱਸਿਆ ਕਿ ਅਸੀਂ ਅਡਾਨੀਆਂ ਦੇ ਜਾਂ ਇੱਥੇ ਸੈਲਰਾਂ ਦੇ ਵਿੱਚ ਕਾਤੇ ਆ ਰਹੇ ਹਾਂ ਕਿਉਂਕਿ ਸਾਨੂੰ ਇੱਥੇ ਇੱਕ ਤਾਂ ਸਫਾਈ ਨਹੀਂ ਕਰਾਣੀ ਪੈ ਰਹੀ ਛਾਣਨਾ ਨਹੀਂ ਲੱਗ ਰਿਹਾ ਹਨ ਤੇ ਜਿਹੜਾ ਸਫਾਈ ਦਾ ਖਰਚਾ ਨਹੀਂ ਚੜਦਾ ਪਿਆ ਤੇ ਸਿੱਧਾ ਉੱਥੇ ਜਾਓ ਤੇ ਆਪਣਾ ਲੈਣਾ ਲਗੀਆਂ ਹੁੰਦੀਆਂ ਆ ਤੇ ਟਰੈਕਟਰ ਸਿੱਧਾ ਲਾਓ ਲਿਫਟ ਜੀ ਹੁੰਦੀ ਆ ਲਿਫਟ ਚੱਕ ਦਿੰਦੀ ਆ ਮੋਰੀਓ ਟਰੈਕਟਰ ਨੂੰ ਟਰਾਲੀ ਨੂੰ ਤੇ ਪਿੱਛੇ ਜਾ ਕੇ ਕਣਕ ਸਾਰੀ ਡਿੱਗ ਪੈਂਦੀ ਆ ਨਾ ਤੇ ਉਹ ਜੋ ਵੀ ਆ ਸਾਰਾ ਵੇਟ ਹੁੰਦਾ ਤੇ ਉਸ ਤੋਂ ਬਾਅਦ ਥੱਲਿਆਂ ਦਾ ਉਸ ਤੋਂ ਬਾਅਦ ਨਿਕਲੋ ਆਪਣਾ ਸਿੱਧਾ ਪੈਸੇ ਲਓ ਤੇ ਜਾਓ ਹਨ ਤੇ ਬਟ ਸਭ ਤੋਂ ਮੇਨ ਮੁੱਦਾ ਜਿਹੜੇ ਜਾਦਾ ਲੋਕੀ ਗੱਲਾਂ ਕਰ ਰਹੇ ਆ ਕਿ 100 ਰੁਪਏ ਦੇ ਲਾਲਚ ਨੂੰ ਚੱਲ ਗਏ 150 ਦੇ ਲਾਲਚ ਨੂੰ ਚੱਲ ਗਏ ਕੋਈ ਕਹਿੰਦਾ 200 ਦੇ ਲਾਲਚ ਨੂੰ ਚੱਲ ਗਏ ਹਨ ਬੜੇ ਜਿੰਨੇ ਵੀ ਕਿਸਾਨਾਂ ਦੇ ਮੂੰਹੋਂ ਮੈਂ ਸੁਣਿਆ ਹਨ ਅਲੱਗ-ਅਲੱਗ ਵੀਡੀਓ ਤਿੰਨ-ਚਾਰ ਰਿਪੋਰਟਰਾਂ ਦੀਆਂ ਮੈਂ ਮਤਲਬ ਵੀਡੀਓ ਦੇਖੀਆਂ YouTube ਤੇ ਕਿਸੇ ਵੀ ਕਿਸਾਨ ਨੇ ਨਹੀਂ ਕਿਹਾ ਕਿ ਇੱਥੇ ਸਾਨੂੰ ਜ਼ਿਆਦਾ ਪੈਸੇ ਦੇ ਰਹੇ ਆ ਹਨ ਪੈਸੇ ਜਿਹਨੇ ਮੰਡੀ ਦੇ ਵਿੱਚ ਆ ਉਹੀ ਰੇਟ ਇੱਥੇ ਮਿਲਦਾ ਪਿਆ ਸੋ ਉਹ ਪੈਸਿਆਂ ਦੇ ਲਾਲਚ ਨੂੰ ਤਾਂ ਬਿਲਕੁਲ ਨਹੀਂ ਆ ਰਹੇ ਹੈਗੇ ਤੇ ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗਾ ਜਦੋਂ ਰਿਪੋਰਟਰ ਰਿਪੋਰਟ ਕਰਦਾ ਹਨ ਇੱਕ ਵੀਡੀਓ ਮੈਂ ਦੇਖਦਾ ਸੀਗਾ ਉਹਦੇ ਵਿੱਚ ਰਿਪੋਰਟਰ ਬਾਰ-ਬਾਰ ਇਹੀ ਗੱਲ ਕਹੀ ਜਾਂਦਾ ਕਿ ਆ ਦੇਖੋ ਕਿਸਾਨ ਆ لالਚ ਨੂੰ ਆ ਰਹੇ ਆ ਆ ਦੇਖੋ ਕਿਸਾਨਾਂ ਨੂੰ ਆ لالਚ ਆ ਕਿ 3 ਘੰਟਿਆਂ ਦੇ ਵਿੱਚ ਬਿੱਲੇ ਹੋਈ ਜਾਂਦੇ ਆ ਆ ਦੇਖੋ ਕਿਸਾਨਾਂ ਨੂੰ ਆ لالਚ ਆ ਕਿ ਇਹਨਾਂ ਨੂੰ ਇੱਥੇ ਆ ਮਤਲਬ ਛਾਣਣਾ ਨਹੀਂ ਲੱਗਦਾ ਕਿਸਾਨਾਂ ਨੂੰ ਆ لالਚ ਆ ਕਿ ਇੱਥੇ ਸਫਾਈ ਨਹੀਂ ਕਰਾਣੀ ਪੈਂਦੀ ਤੇ ਮੇਰੇ ਰਿਪੋਰਟਰ ਨੂੰ ਕਹਿਣਾ ਜਾਨਾ ਕੋਈ ਵੀ ਬੰਦਾ ਆ ਉਹ لالਚ ਨਹੀਂ ਹੈਗਾ ਮੇਰਾ ਭਾ ਉਹ ਹੈਗੀ ਆ ਸਹੂਲਤ ਠੀਕ ਆ ਸੋ ਇਹੀ ਇੱਕ ਗੱਲ ਨੂੰ ਤੁਸੀਂ ਮਤਲਬ ਬਾਕੀ ਲੋਕਾਂ ਦੇ ਈਵਿਅਰਸ ਤੇ ਕਿੱਦਾਂ ਥੋਪਦੇ ਆ ਉਹ ਤੁਹਾਡੇ ਤੇ ਹਨ ਕਿਉਂਕਿ ਤੁਹਾਨੂੰ ਪਤਾ ਕਿ ਨੈਗੇਟਿਵਿਟੀ ਕਿੱਦਾਂ ਫਲਾਉਣੀ ਆ ਹੁਣ ਇਹੀ ਤੁਸੀਂ ਕਹੋਗੇ ਕਿ ਸਰਕਾਰ ਦੇ ਕੋਲੇ ਸਹੂਲਤ ਨਹੀਂ ਹੈਗੀ ਤੇ ਜਿਹੜੇ ਕਿਸਾਨ ਆ ਉਹ ਦੇਖੋ ਆ ਸਹੂਲਤ ਕਰਕੇ ਆ ਰਹੇ ਆ ਮੰਡੀਆਂ ਦੇ ਵਿੱਚ ਕਈ ਵਾਰ ਇੱਕ ਇੱਕ ਦਿਨ ਬੈਠਣਾ ਪੈਂਦਾ ਇੱਥੇ 3-4 ਘੰਟੇ ਜਾਂ 8 ਘੰਟਿਆਂ ਦੇ ਵਿੱਚ ਬੰਦਾ ਨਿਕਲ ਜਾਂਦਾ ਨਾ ਇਹ ਸਹੂਲਤ ਐ ਇੱਥੇ ਕਿਸਾਨ ਤਾਂ ਆ ਰਹੇ ਆ ਜਾਂ ਕਿਸਾਨਾਂ ਨੂੰ ਆ ਸਹੂਲਤ ਦਿੰਦੇ ਆ ਕਿ ਇੱਥੇ ਪੈਸੇ ਛੇਤੀ ਮਿਲਦੇ ਆ ਕਿਸਾਨਾਂ ਨੂੰ ਆ ਸਹੂਲਤ ਦਿੰਦੇ ਆ ਕਿ ਇੱਥੇ ਛਾਣਨਾ ਨਹੀਂ ਲੱਗਦਾ ਕਿਸਾਨਾਂ ਨੂੰ ਆ ਸਹੂਲਤ ਦਿੰਦੇ ਆ ਕਿ ਇੱਥੇ ਸਫਾਈ ਨਹੀਂ ਕਰਾਉਣੀ ਪੈਂਦੀ ਕਿਸਾਨਾਂ ਨੂੰ ਆ ਸਹੂਲਤ ਦਿੰਦੇ ਆ ਕਿ ਉਹਨਾਂ ਨੂੰ ਬੋਰੀਆਂ ਦੇ ਵਿੱਚ ਗੱਟੇ ਨਹੀਂ ਬਣਾਉਣੇ ਪੈਂਦੇ ਸੋ ਜੇ ਇਹੀ ਸਹੂਲਤ ਨੂੰ ਤੁਸੀਂ ਲਾਲਚ ਗੋਗੇ ਤਾਂ ਉਹ ਬਿਲਕੁਲ ਗਲਤ ਗੱਲ ਆ ਉਹਨਾਂ ਦੀ ਸਹੂਲਤ ਆ ਉਹ ਤਾਂ ਕਰਕੇ ਜਾ ਰਹੇ ਆ ਜਾਂ ਕੁਝ ਹੋਰ ਮਜਬੂਰੀਆਂ ਜੋ ਮੰਡੀਆਂ ਦੇ ਵਿੱਚ ਉਹ ਫੇਸ ਕਰਦੇ ਪਏ ਆ ਉਹ ਤਾਂ ਜਾ ਰਹੇ ਆ ਠੀਕ ਆ ਪੈਸੇ ਦੇ ਲਾਲਚ ਨੂੰ ਨਹੀਂ ਜਾ ਰਹੇ ਹੈਗੇ ਤੁਸੀਂ ਜਿੰਨੀਆਂ ਵੀ ਵੀਡੀਓ ਦੇਖੀਆਂ ਹੋਣੀਆਂ ਤੇ ਜਾਂ ਜੇ ਕਿਸੇ ਦੇ ਕੋਲ ਸਬੂਤ ਹੈਗਾ ਤਾਂ ਉਹ ਪੇਸ਼ ਕਰ ਸਕਦਾ ਨਾ ਕਿਉਂਕਿ ਕਿਸੇ ਜਰਨਲਿਸਟ ਨੇ ਇਹ ਸਬੂਤ ਪੇਸ਼ ਨਹੀਂ ਕੀਤਾ ਹੈਗਾ ਕਿ ਜਿਹੜੇ ਅਡਾਨੀ ਆ ਉਹ ਜ਼ਿਆਦਾ ਪੈਸੇ ਦੇ ਕੇ ਕਣਕੇ ਖਰੀਦ ਰਹੇ ਆ ਸੋ ਇੱਕ ਗੱਲ ਕਲੀਅਰ ਕਰ ਦੇਣਾ ਚਾਹਣਾ ਕਿ ਜਿਹੜੇ ਉਹ ਕਿਸਾਨ ਜਾ ਰਹੇ ਆ ਉਹ ਪੈਸਿਆਂ ਦੇ ਲਾਲਚ ਨੂੰ ਬਿਲਕੁਲ ਵੀ ਨਹੀਂ ਜਾ ਰਹੇ ਤੇ ਜਿਹੜਾ মিডিਆ ਹੈ ਨਾ ਜਦੋਂ ਉਹ ਪਹਿਲੀ ਆਪਣੀ ਇੰਟਰੋਡਕਸ਼ਨ ਦੇ ਵਿੱਚ ਜੋ ਹਾਈਪ ਬਣਾ ਦਿੰਦਾ ਜਾਂ ਜੋ ਕੁਝ ਵੀ ਉਹ ਤੁਹਾਡੇ ਦਿਮਾਗ ਦੇ ਵਿੱਚ ਹਮੇਸ਼ਾ ਕੁਝ ਵੀ ਪਾ ਦਿੰਦਾ ਨਾ ਉਹ ਬੰਦਾ ਉਹੀ ਸੋਚਣ ਦੇ ਮਜਬੂਰ ਹੋ ਜਾਂਦਾ ਕਿਉਂਕਿ ਜਿੰਨੀਆਂ ਵੀ ਮੈਂ ਵੀਡੀਓ ਦੇਖੀਆਂ ਉਹਨਾਂ ਦੇ ਜਿਹੜੇ ਥੰਬ ਨੇ ਲਿਆ ਉਹਨਾਂ ਤੇ ਕਿਸਾਨਾਂ ਨੂੰ ਦਲਾਲ ਲਾਲਚੀ ਇਹੀ ਕਿਹਾ ਗਿਆ ਸੋ ਪਹਿਲੀ ਧਾਰਨਾ ਬਣ ਜਾਂਦੀ ਹੈ ਸਾਡੇ ਦਿਮਾਗ ਦੇ ਵਿੱਚ ਕਿ ਲਾਲਚੀ ਕਿਸਾਨ ਹੀ ਆ ਜਿਹੜੇ ਉੱਥੇ ਜਾ ਰਹੇ ਆ ਜਾਂ ਜਦੋਂ ਇੰਟਰੋਡਕਸ਼ਨ ਦਿੰਦੇ ਆ ਤੇ ਉਹਦੇ ਵਿੱਚ ਲਾਲਚੀ ਕਿਸਾਨ 도ਗਲੇ ਮਤਲਬ ਆ ਭੁੱਲ ਗਿਆ ਫਲਾਨਾ ਹੋ ਗਿਆ ਸੋ ਇਹ ਚੀਜ਼ ਸਾਡੇ ਪਹਿਲੇ ਦਿਮਾਗ ਦੇ ਵਿੱਚ ਪਾ ਦਿੰਦੇ ਆ ਉਹ ਕਿਉਂਕਿ ਇਹ ਬਹੁਤ ਸੌਫਟਵੇਅਰੀ ਨੂੰ ਬਹੁਤ ਸੈਂਸਿਟਿਵ ਜਿਹਾ ਟੌਪਿਕ ਆ ਨਾ ਸੋ ਇਹ ਜੋ ਸਾਡੇ ਦਿਮਾਗ ਦੇ ਵਿੱਚ ਪਹਿਲਾਂ ਇਹ ਚੀਜ਼ ਪਾਉਂਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਫਿਰ ਅਸੀਂ ਉਹ ਚੀਜ਼ ਨੂੰ ਬੇਸ ਬਣਾ ਕੇ ਫਿਰ ਸਾਰੀ ਗੱਲ ਸੁਣਦੇ ਆ ਹਨਾ ਤੇ ਆਪਣਾ ਜਿਹੜਾ ਦਿਮਾਗ ਹੈ ਉਹ ਬੰਦ ਕਰ ਲੈਣੇ ਆ ਫਿਰ ਅਸੀਂ ਆਪਣਾ ਦਿਮਾਗ ਨਹੀਂ ਚਲਾਣੇਗੇ ਨਹੀਂ ਨਹੀਂ ਯਾਰ ਜਿੱਦਾਂ ਵੀ ਹੋ ਸਕਦਾ ਉਹ ਆਹ ਕਾਰਨ ਕਰਕੇ ਵੀ ਜਾ ਸਕਦੇ ਫਿਰ ਤਾਂ ਸੋਚਦੇ ਹੀ ਨਹੀਂ ਹੈਗੇ ਮੋਸਟਲੀ ਲੋਕ ਮਤਲਬ ਮੋਸਟਲੀ 80% ਹਨਾ ਤੇ ਹੁਣ ਜਿਵੇਂ ਇੱਥੇ ਜੇ ਅਡਾਨੀਆਂ ਦੀ ਗੱਲ ਕਰਾਂ ਹਨਾ ਕਿ ਅਸੀਂ ਅਡਾਨੀਆਂ ਨੂੰ ਨਹੀਂ ਵੇਚਣਾ ਹੈਗਾ ਉਹ ਬਿਜ਼ਨਸਮੈਨ ਆ ਉਹਨਾਂ ਨੇ ਬਿਜ਼ਨਸ ਕਰਨਾ ਹੀ ਆ ਹਨਾ ਚਲੋ ਸਾਡਾ ਵੀ ਹੱਕ ਹੈ ਕਿ ਆਪਾਂ ਉਹਨਾਂ ਦੇ ਨਾਲ ਨਹੀਂ ਬਿਜ਼ਨਸ ਕਰਨਾ ਚਾਹ ਉਹਨਾਂ ਨੂੰ ਨਹੀਂ ਕਰ ਦੇਣਾ ਉਹ ਸਾਡਾ ਹੱਕ ਹੈ ਹਨ ਬਟ ਜਿਹੜੇ ਭਾਰਤ ਆ ਉਹ ਇਹੀ ਚੀਜ਼ ਨੂੰ ਲੈ ਕੇ ਚੱਲਦਾ ਉਹ ਬਿਜ਼ਨਸmen ਨੂੰ ਬढ़ावा ਦਿੰਦਾ ਆ ਭਾਰਤ ਦੇ ਵਿੱਚ ਕੈਪਟਲਿਜ਼ਮ ਪਲੱਸ ਸੋਸ਼ਲਿਜ਼ਮ ਹਨਾ ਤੇ ਸੋਸ਼ਲਿਜ਼ਮ ਫੇਰ ਵੀ ਬਹੁਤ ਪਿੱਛੇ ਆ ਤੇ ਜਿਹੜਾ ਕੈਪਟਲਿਜ਼ਮ ਆ ਜੋ ਅਮਰੀਕਾ ਕੈਨੇਡਾ ਜਾਂ ਯੂਰਪੀਅਨ ਕੰਟਰੀਆਂ ਮਤਲਬ ਜਿਹੜੀ ਆਈਡੀਓਲੋਜੀ ਦੇ ਨਾਲ ਚੱਲਦੀਆਂ ਆ ਉਹੀ ਆਈਡੀਓਲੋਜੀ ਭਾਰਤ ਦੇ ਵਿੱਚ ਵੀ ਚੱਲਦੀ ਆ ਤੇ ਹਮੇਸ਼ਾ ਉਹ ਬਿਜ਼ਨਸmen ਨੂੰ ਬੜਾਵਾ ਦਿੰਦੇ ਆ ਜਿਹੜੀ ਮਰਜੀ ਕੰਟਰੀ ਦੇਖ ਲਿਓ ਸੀ ਹਨ ਕਿਉਂਕਿ ਬਿਜ਼ਨਸmenਾਂ ਨੇ ਹੀ ਆਪਣੀ ਜਿਹੜੀ ਇਕਨੋਮੀ ਆ ਉਹਦੇ ਵਿੱਚ ਹੈਲਪ ਕਰਨੀ ਹੁੰਦੀ ਆ ਤੇ ਮੋਸਟਲੀ ਜਿਹੜਾ ਟੈਕਸ ਆ ਉਹ ਵੀ ਬਿਜ਼ਨਸmenਾਂ ਨੇ ਜਿਹੜੇ ਅਮੀਰ ਬੰਦੇ ਹੁੰਦੇ ਆ ਉਹਨਾਂ ਨੇ ਹੀ ਮਤਲਬ ਟੈਕਸ ਜ਼ਿਆਦਾ ਦੇਣਾ ਹੁੰਦਾ ਮੈਂ ਉਹਨਾਂ ਦਾ ਪੱਖ ਨਹੀਂ ਲੈ ਰਿਹਾ ਮੈਂ ਸੱਚਾਈ ਦੱਸ ਰਿਹਾ ਕਿ ਸਰਕਾਰ ਜਿਹੜੀ ਆ ਉਹ ਅਮੀਰ ਲੋਕਾਂ ਨੂੰ ਜਾਂ ਬਿਜ਼ਨਸmenਾਂ ਦਾ ਹੱਕ ਕਾਦੇ ਪੂਰਦੀ ਆ ਹਨ ਸੋ ਡੈਮੋਕ੍ਰੇਸੀ ਆ ਬੀਜੋ ਸਮੇਂ ਇਹਨਾਂ ਦੇ ਕੋਲ ਹੱਕ ਹੈ ਬਿジネス ਕਰਨ ਦਾ ਤੇ ਤੁਹਾਡੇ ਕੋਲ ਹੱਕ ਹੈ ਕਿ ਤੁਸੀਂ ਨਹੀਂ ਕਰਨਾ ਚਾਹੁੰਦੇ ਨਾ ਕਰੋ ਬਟ ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਤੂੰ ਕਿਉਂ ਕਰਦਾ ਪਿਆ ਤੂੰ ਕਿਉਂ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਕਿਉਂ ਮਤਲਬ ਆਪਣੀ ਕੰਮ ਜਿਹੜੀ ਹੈ ਜਾ ਕੇ ਵੇਚਦਾ ਪਿਆ ਹਨ ਸੋ ਇਹ ਬਿジネス ਹੈ ਇਹਦਾ ਰੂਲ ਇਹੀ ਆ ਕਿ ਜੇ ਕਿਸੇ ਨੂੰ ਪ੍ਰੋਫਿਟ ਹੋਣਾ ਤਾਂ ਮੋਸਟ ਆਫ ਦਾ ਟਾਈਮ ਕਿਸ ਨਾ ਕਿਸੇ ਨੂੰ ਤਾਂ ਘਾਟਾ ਪੈਣਾ ਹੀ ਪੈਣਾ ਹੈ ਨਾ ਸੋ ਇਹ ਚੀਜ਼ ਸਾਨੂੰ ਅਕਸੈਪਟ ਕਰਨੀ ਪੈਣੀ ਆ ਤੇ ਉਪਰੋਂ ਸਾਨੂੰ ਆਪਣੇ ਜਿਹੜੇ ਬੰਦੇ ਆ ਨਾ ਜਾਂ ਆਪਣੇ ਬਿਜ਼ਨਸਮੈਨ ਹੋਗੇ ਜਾਂ ਪੋਲੀਟੀਸ਼ੀਅਨ ਹੋਗੇ ਸਾਨੂੰ ਉਹਨਾਂ ਨੂੰ ਥੋੜੀ ਗਾਲਾਂ ਕੱਢਣ ਦੀ ਜ਼ਿਆਦਾ ਆਤ ਤੇ ਜਿਹੜੇ ਸਾਨੂੰ ਬਾਹਰਲੇ ਬੰਦੇ ਆ ਉਹ ਜ਼ਿਆਦਾ ਵਧੀਆ ਲੱਗਦੇ ਆ ਤੇ ਜਿੰਨੀਆਂ ਗਾਲਾਂ ਬਾਨੀਆਂ ਡਾਨੀਆਂ ਨੂੰ ਅਸੀਂ ਕੱਢਦੇ ਆ ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਬਾਹਰਲੇ ਜਿਹੜੇ ਬੰਦੇ ਸਪੈਸ਼ਲੀ ਅਮਰੀਕਾ ਦੇ ਬਿਜ਼ਨਸਮੈਨ ਨੇ ਆ ਮੰਨ ਲਓ ਬਿਲ ਗੇਟਸ ਆ ਉਹਨੂੰ ਪਾੜ ਲਿਓ ਤੇ ਮਾਰਕ ਜ਼ਕਰਬਰਗ ਨੂੰ ਪੜ ਲਿਓ ਤੇ ਜਿਹੜਾ ਐਡੀਸਨ ਸੀਗਾ ਸਾਇੰਟਿਸਟ ਉਹਦੇ ਬਾਰੇ ਵੀ ਪੜ ਲਿਓ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਅਸਲੀਅਤ ਕੀ ਹੁੰਦੀ ਹੈ ਜਿਹੜੇ ਅਮੀਰ ਬੰਦੇ ਮਸ਼ਹੂਰ ਬੰਦੇ ਹੁੰਦੇ ਉਹਨਾਂ ਦੀ ਅਸਲੀਅਤ ਕੀ ਹੁੰਦੀ ਹੈ ਨਾ ਤੇ ਹੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਣਾ ਕਿ ਕਿਸਾਨ ਭਰਾ ਜਿਹੜੇ ਉਹ ਜਾ ਰਹੇ ਆ ਉੱਥੇ ਆਪਣੀ ਫਸਲ ਵੇਚ ਰਹੇ ਆ ਉਹਨਾਂ ਦੀ ਮਜਬੂਰੀ ਹੋ ਸਕਦੀ ਆ ਉਹ ਵੀ ਆਪਣੇ ਹੀ ਭਰਾ ਆ ਤੇ ਜੇ ਅਸੀਂ ਉਹਨਾਂ ਨੂੰ ਗਾਲਾ ਕੱਢਾਂਗੇ ਜਾਂ ਉਹਨਾਂ ਨੂੰ ਮਾੜਾ ਬੋਲਾਂਗੇ ਤਾਂ ਅਸੀਂ ਆਪਣੇ ਵਿੱਚ ਹੀ 파ੜ ਪਾ ਰਹੇ ਆ ਹਨਾ ਤੇ ਜਿਹੜਾ ਸੀਗਾ ਨਾ ਗੋਰਿਆਂ ਦਾ ਸਲੋਗਨ ਡਿਵਾਈਡ ਐਂਡ ਰੂਲ ਡਿਵਾਈਡ ਅਸੀਂ ਕਿਸੇ ਨੂੰ ਮੌਕਾ ਹੀ ਨਹੀਂ ਦੇ ਰਹੇ ਹਾਂਗੇ ਵੀ ਸਾਨੂੰ ਅਗੇ ਡਿਵਾਈਡ ਕਰੋ ਅਸੀਂ ਆਪੇ ਹੀ ਮਤਲਬ ਸਾਡੇ ਦੀ ਇੰਨੀ ਪਾਵਰ ਹੈਗੇ ਅਸੀਂ ਆਪੇ ਹੀ ਵੰਡ ਹੋਈ ਜਾਂਦੇ ਆਪੇ ਹੀ ਡਿਵਾਈਡ ਹੋਈ ਜਾਂਦੇ ਸਾਨੂੰ ਤੀਜੀ ਧਿਰ ਦੀ ਜਾਂ ਤੀਜੀ ਪਾਵਰ ਦੀ ਲੋੜ ਹੀ ਨਹੀਂ ਹੈਗੀ ਸੋ ਜਦੋਂ ਗੋਰੇ ਆਏ ਸੀਗੇ ਉਸ ਲਈ ਵੀ ਇਦਾਂ ਹੀ ਹੋਇਆ ਸੀਗਾ ਗੋਰਿਆਂ ਨੂੰ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਪਈ ਡਿਵਾਈਡ ਕਰਨ ਦੀ ਲੋੜ ਨਹੀਂ ਪਈ ਅਸੀਂ ਪਹਿਲੇ ਹੀ ਵੰਡੇ ਹੋ ਸੀਗੇ ਉਦੋਂ ਹੀ ਹੁਣ ਵੀ ਆ ਉਹ ਸਥਿਤੀ ਅੱਜ ਵੀ ਹੈਗੀ ਆ ਕਿ ਸਾਨੂੰ ਵੰਡਣ ਦੀ ਲੋੜ ਪੈਂਦੀ ਨਹੀਂ ਹੈਗੀ ਅਸੀਂ ਪਹਿਲੀ ਬਹੁਤ ਚੀਜ਼ਾਂ ਦੇ ਵਿੱਚ ਵੰਡ ਹੋ ਚੁੱਕੇ ਹਾਂ ਨਾ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਿਸਾਨ ਜਿਹੜੇ ਭਰਾ ਉੱਥੇ ਜਾ ਰਹੇ ਆ ਉਹਨਾਂ ਨੂੰ ਗਾਲਾਂ ਨਾ ਕੱਢੋ ਤੇ ਉਹਨਾਂ ਨੂੰ ਲਾਲਚੀ ਤੇ ਉਹਨਾਂ ਨੂੰ 도ਗਲੇ ਜਾਂ ਉਹਨਾਂ ਨੂੰ ਕੁਝ ਹੋਰ ਵੀ ਮਰੀ ਜਮੀਰ ਵਾਲੇ ਜਿਹੜੇ ਸਰਟੀਫਿਕੇਟ ਤੁਸੀਂ ਵੰਡ ਰਹੇ ਆ ਨਾ ਉਹ ਨਾ ਵੰਡੋ ਕਿਉਂਕਿ ਸਾਨੂੰ ਇੱਥੇ ਘਰ ਬੈਠਿਆਂ ਨੂੰ ਉਹਨਾਂ ਦੀ ਸਥਿਤੀ ਦਾ ਨਹੀਂ ਪਤਾ ਹੈਗਾ ਪਹਿਲੀ ਗੱਲ ਤਾਂ ਤੁਸੀਂ ਆਪ ਉਹਨਾਂ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਦੇਖੋ ਨਾ ਸਾਊ ਤੋਂ ਪਹਿਲਾਂ ਤਾਂ ਅਸੀਂ ਇਹੀ ਕਹੀਦਾ ਕਿ ਯਾਰ ਸਬਰ ਨਹੀਂ ਕਰ ਸਕਦੇ ਜਿੱਥੇ 1 ਸਾਲ ਸਬਰ ਕਰ ਲਿਆ ਉਥੇ ਮੰਡੀਆਂ ਦੇ ਵਿੱਚ ਤੁਸੀਂ 1 ਦਿਨ ਜਾਂ 2 ਦਿਨ ਬੈਠ ਨਹੀਂ ਸਕਦੇ ਹੈਗੇ ਹੋਰ ਇਹ ਗੱਲ ਤੁਸੀਂ ਆਪਣੇ ਆਪ ਨੂੰ ਕਦੀ ਪੁੱਛ ਕੇ ਦੇਖਿਓ ਕਿ ਰੈੱਡ ਲਾਈਟ ਤੇ ਤੁਸੀਂ ਕਦੀ 1 ਮਿੰਟ ਲਈ ਖੜੇ ਆ 30 ਸਕਿੰਟ ਲਈ ਵੀ ਖੜੇ ਆ ਕਿੰਨੀ ਵਾਰੀ ਤੁਸੀਂ ਰੈੱਡ ਲਾਈਟ ਕ੍ਰਾਸ ਕਰਦੇ ਆ ਤੁਹਾਡੇ ਚ ਕਿੰਨਾ ਸਬਰ ਆ ਤੇ ਉਹ ਬੰਦਾ ਜਿਹੜਾ 3-4 ਮਹੀਨੇ 5 ਮਹੀਨੇ ਮਿਹਨਤ ਕਰਦਾ ਆਪਣੀ ਫਸਲ ਮਤਲਬ ਪਕਾਉਂਦਾ ਆ ਨਾ ਅੱਗੇ ਚਲੋ ਵਧੀਆ ਹੋਇਆ ਮੀਂਹ ਨਹੀਂ ਪਿਆ ਨੀ ਨਾ ਮੋਸਟਲੀ ਕੀ ਹੁੰਦਾ ਹਰੇਕ ਵਾਰ ਮੀਂਹ ਪੈਂਦਾ ਹੀ ਆ ਨਾ ਤੇ ਮੰਡੀ ਦੇ ਵਿੱਚ ਜਿੰਨਾ ਚਿਰ ਕਣਕ ਪਈ ਰਹਿੰਦੀ ਆ ਨਾ ਤੇ ਹਮੇਸ਼ਾ ਕਿਸਾਨ ਜਿਹੜਾ ਉਹਦੇ ਮਨ ਦੇ ਵਿੱਚ ਡਰ ਰਹਦਾ ਹੀ ਆ ਕੁਛ ਨਾ ਕੁਛ ਕਿ ਮੌਸਮ ਖਰਾਬ ਨਾ ਹੋ ਜਾਵੇ ਢੇਰੀ ਚ ਖੜਨਾ ਚੱਲੇ ਮੀਂਹ ਨਾ ਪੈ ਜਾਵੇ ਮੇਰੀ ਕਣਕ ਖਰਾਬ ਨਾ ਹੋ ਜਾਵੇ ਤੇ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ ਹਨ ਤੇ ਉਹ ਹਮੇਸ਼ਾ ਹੀ ਸੋਚਦਾ ਕਿ ਉਸ ਲਈ ਉਹ ਟੈਪ ਦੇ ਵਿੱਚ ਕੀ ਸਹੀ ਆ ਠੀਕ ਆ ਤੇ ਸਬਰ ਦੀ ਗੱਲ ਨਾਹੀ ਕੀਤੀ ਜਾਬ ਇਹਦਾ ਵਧੀਆ ਕਿਉਂਕਿ ਸਾਡੇ ਤਾਂ ਇੰਨਾ ਸਬਰ ਨਹੀਂ ਹੈਗਾ ਜਦੋਂ ਅਸੀਂ ਸਰਟੀਫਿਕੇਟ ਬਣਾਉਣ ਵੀ ਜਾਂਦੇ ਆ ਨਾ ਕਚੈਰੀਆਂ ਦੇ ਵਿੱਚ ਤੇ ਸਾਨੂੰ ਜੇ ਪਤਾ ਲੱਗ ਜAVE ਤਹਿਸੀਲਦਾਰ ਨੇ ਅੱਜ ਜਾਣਾ ਨਹੀਂ ਹੈਗਾ ਸਾਨੂੰ ਮੋੜਨਾ ਪੈਣਾ ਤੇ ਕੱਲੂ ਹਾਣਾ ਪੈਣਾ ਤੇ ਅਸੀਂ ਉੱਥੇ ਕੰਪਿਊਟਰ ਵਾਲੇ ਨੂੰ 2000 4000 ਦਾ ਕਿੰਨੇ ਵੀ ਪੈਸੇ ਦੇ ਕੇ ਨਾ ਡਿਜੀਟਲ ਸਾਈਨ ਕਰਾ ਕੇ ਫੇਰ ਘਰ ਆਨੇ ਆ ਇੰਨਾ ਸਬਰਿਆ ਸਾਡੇ ਵਿੱਚ ਤੇ ਉੱਪਰੋਂ ਇੱਕ ਹੋਰ ਗੱਲ ਇਹ ਵੀ ਸਾਹਮਣੇ ਆਂਦੀ ਹੈ ਕਿ ਜੇ ਇਹ ਜਿਹੜੇ ਕਿਸਾਨ ਆ ਇਹ ਮੰਡੀਆਂ ਛੱਡ ਕੇ ਅਡਾਨੀਆਂ ਦੇ ਆਗੇ ਤਾਂ ਜਿਹੜੀ ਲੇਬਰ ਉੱਥੇ ਕੰਮ ਕਰਦੀ ਆ ਮਤਲਬ ਜੋਬਾਂ ਆ ਕਿ ਨਹੀਂ ਜਲ ਜਾਣੀਆਂ ਹੈ ਹਨਾ ਤੇ ਉੱਥੇ ਸਿਰਫ ਇੱਕੋ ਗੱਲ ਕਹਿਣਾ ਚਾਹਣਾ ਕਿ ਜਦੋਂ ਕੰਪੈਨੀਆਂ ਆਈਆਂ ਹਨਾ ਜਦੋਂ ਟੈਕਨੋਲੋਜੀ ਆਈ ਆ ਉਸ ਲਈ ਵੀ ਬਹੁਤ ਜਿਹੜੀਆਂ ਦੀਆਂ ਜੋਬਾਂ ਗਈਆਂ ਠੀਕ ਆ ਉਸ ਲਈ ਵੀ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਹੁੰਦਾ ਸੀਗਾ ਉਹੋ ਜਾਂਦਾ ਲੱਗਾ ਠੀਕ ਆ ਜੋ ਉਸ ਲਈ ਨਹੀਂ ਜੇ ਸੋਚਿਆ ਕਿਸੇ ਨੇ ਤਾਂ ਤੁਸੀਂ ਅੱਜ ਵੀ ਨਾ ਸੋਚੋ ਠੀਕ ਆ ਉਹ ਅਗਲੇ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਨੇ ਕਰੀ ਜਾਣੀਆਂ ਕੁਝ ਨਾ ਕੁਝ ਕਰੀ ਜਾਣੀਆਂ ਤੁਸੀਂ ਜਿਹੜੇ ਮੁੱਦੇ ਚੱਕਦੇ ਆ ਨਾ ਗਲਤ ਮੁੱਦੇ ਚੱਕਦੇ ਆ ਗਲਤ ਟਾਈਮ ਤੇ ਇਹਦੀ ਗੱਲ ਤੇ ਆ ਆਪਣੇ ਵਿੱਚ ਆਪਣੀ ਬੰਦੇ ਪਾੜ ਪਾ ਰਹੇ ਕੋਈ ਤੀਜਾ ਬੰਦਾ ਬਾਹਰੋਂ ਨਹੀਂ ਆ ਰਿਹਾ ਹੈਗਾ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਨਾ ਕਿ ਕੋਈ ਵੀ ਡਿਸੀਜਨ ਜਾਂ ਕਿਸੇ ਨੂੰ ਮਾੜਾ ਚੰਗਾ ਕਹਿਣ ਤੋਂ ਪਹਿਲਾਂ ਪਹਿਲੀ ਗੱਲ ਤਾਂ ਜੱਜਮੈਂਟ ਨਹੀਂ ਕਰਨੀ ਚਾਹੀਦੀ ਕਿਸੇ ਬੰਦੇ ਨੂੰ ਨਹੀਂ ਜੱਜ ਕਰਨਾ ਚਾਹੀਦਾ ਤੇ ਜੇ ਜੱਜ ਕਰਨਾ ਵੀ ਆ ਥੋੜਾ ਸਬਰ ਦੇ ਨਾਲ ਠੀਕ ਹੈ ਪਹਿਲਾਂ ਜਿਹੜੀ ਸਿਚੁਏਸ਼ਨ ਹੈ ਸਾਰੀ ਨੂੰ ਦੇਖਿਆ ਕਰੋ ਠੀਕ ਹੈ ਤੇ ਜੇ ਫੇਸਬੁੱਕ ਤੇ ਤੁਸੀਂ ਕੁਝ ਪੜਦੇ ਆ ਉਹਨੂੰ Google ਤੇ ਵੀ ਸੱਚ ਮਾਰ ਕੇ ਦੇਖਿਆ ਕਰੋ ਉਹਨੂੰ YouTube ਤੇ ਵੀ ਦੇਖਿਆ ਕਰੋ ਘੱਟੋ ਘੱਟ 3-4 ਜਗ੍ਹਾ ਤੇ ਉਹਦੀ ਜਿਹੜੀ ਆ ਜਾਂਚ ਪੜਤਾਲ ਕਰਿਆ ਕਰੋ ਫਿਰ ਕਿਸੇ ਡਿਸੀਜਨ ਤੇ ਪਹੁੰਚਿਆ ਕਰੋ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਛੇਤੀ ਧਿਆਨ ਰੱਖਿਓ ਆਪਣਾ ਰੱਬ ਰੱਖੇ